पिछले दिनी दिल्ली विच एक मंदिर दे पुजारी वालों एक किशोरी नाम दी 9 साला दलित लड़की नाल रेप करके उसके हाथ वढ़ के जिंदा जला दिता गया। उस दे रोस वजों जिला हुशियारपुर विखे बेगमपुरा टाइगर फोर्स अते शहर वासियों वालों डॉक्टर अंबेदकर चौक तो भारी गिनती विच कैंडल मार्च कढ़िया गया। दिल्ली सरकार अते केंद्र सरकार विरुद्ध नारेबाजी की गई अते प्रदर्शनकारियों वालों मंग की गई कि इहो जिहे दरिंदियां नूं फांसी की सज़ा दिती जाए, देश दीआं बच्चियां की सुरक्षा यकीनी बनाई जाए। पंजाब न्यूज़ चैनल लई भुपिंदर सिंह अते बिक्रम सिंह ढिल्लों की विशेष रिपोर्ट। ਸਤਿ ਸ਼੍ਰੀ ਅਕਾਲ ਜੀ, ਤੁਸੀਂ ਦੇਖ ਰਹੇ ਹੋ ਪੰਜਾਬ ਨਿਊਜ਼ ਚੈਨਲ। ਅੱਜ ਅਸੀਂ ਪਹੁੰਚੇ ਹਾਂ ਜ਼ਿਲ੍ਹਾ ਹੁਸ਼ਿਆਰਪੁਰ ਵਿਖੇ, ਜਿੱਥੇ ਕਿ 9 ਸਾਲਾ ਲੜਕੀ ਦਾ ਰੇਪ ਕੀਤਾ ਗਿਆ ਹੈ, ਉਹਦੇ ਹੱਥ ਪੈਰ ਜਿਹੜੇ ਵੱਢ ਕੇ ਉਹਨੂੰ ਜਿੰਦਾ ਜਲਾਇਆ ਗਿਆ। ਇਸ ਸਬੰਧ ਵਿੱਚ ਅਸੀਂ ਗੱਲਬਾਤ ਕਰਦੇ ਹਾਂ। 120 ਬਿਆਨ ਅਰਵਿੰਦ ਕੇਜਰੀਵਾਲ ਹੈ, ਮੋਦੀ ਹੈ। ਅੱਜ ਅਸੀਂ ਇੱਥੇ ਇਕੱਠੇ ਹੋਏ ਹਾਂ ਕਿ ਜਿਹੜੀ ਦਿੱਲੀ ਦੇ ਵਿੱਚ ਇੱਕ ਬਾਲਮੀਕ ਭਾਈਚਾਰੇ ਨਾਲ ਸੰਬੰਧਿਤ ਕਿਸ਼ੋਰੀ ਨਾਂ ਦੀ ਲੜਕੀ ਜਿਹਦੇ ਬੁਰੀ ਤਰ੍ਹਾਂ ਦੇ ਨਾਲ ਰੇਪ ਕਰਕੇ ਬਾਅਦ ਵਿੱਚ ਉਹਨੂੰ ਜਲਾ ਦਿੱਤਾ ਗਿਆ। ਔਰ ਇਹ ਪਹਿਲੀ ਘਟਨਾ ਨਹੀਂ, ਪਹਿਲਾਂ ਵੀ ਇਹ ਕਾਫੀ ਘਟਨਾਵਾਂ ਹੋਈਆਂ। ਬਿਲਕੁਲ, ਇਹ ਜਦੋਂ ਦੀ ਕੇਂਦਰ ਦੇ ਵਿੱਚ ਭਾਜਪਾ ਸਰਕਾਰ ਆਈ ਆ ਉਦੋਂ ਦੇ SC ST OBC ਅਤੇ ਮਨੋਰਟੀ ਦੇ ਨਾਲ ਅੱਤਿਆਚਾਰ ਵਧੇ ਨੇ, ਖਾਸ ਕਰਕੇ ਉਹਨਾਂ ਦੀਆਂ ਲੜਕੀਆਂ ਦੇ, ਕਿਉਂਕਿ ਇਹਨਾਂ ਦੀ ਇੱਕ ਮਾਨਸਿਕਤਾ ਆ ਕਿ ਇਹਨਾਂ ਨੂੰ ਜਿੰਨਾ ਦਬਾ ਲਿਆ ਜਾਏ ਉਨਾ ਹੀ ਘੱਟ ਆ। ਇੱਥੇ ਵੀ ਜਿਹੜਾ ਇਸ ਗਰੀਬ ਭਾਈਚਾਰੇ ਦੀ ਲੜਕੀ ਨਾਲ ਰੇਪ ਕਰਕੇ ਉਹਦਾ ਕਤਲ ਕਰ ਦਿੱਤਾ ਗਿਆ, ਔਰ ਇਹਦੇ ਲਈ ਨਾ ਸਿਰਫ ਕੇਜਰੀਵਾਲ ਜ਼ਿੰਮੇਵਾਰ ਆ, ਨਾਲ ਉਹਦੇ ਭਾਜਪਾ ਵੀ ਪੂਰੀ ਜ਼ਿੰਮੇਵਾਰ। ਇੱਕ ਮੰਦਿਰ ਦੇ ਵਿੱਚ ਜਿਹੜੀਆਂ ਸੰਗਤਾਂ ਆ ਨਤਮਸਤਕ ਹੁੰਦੀਆਂ ਆਪਣੇ, ਔਰ ਕਿੰਨੀ ਇਹ ਜਿਹੜੀ ਘਟੀਆ ਗੱਲ ਆ ਇਹ ਮੰਦਿਰ ਦੇ ਪੁਜਾਰੀ ਵਾਸਤੇ, ਜੋ ਇਹ ਮਤਲਬ ਕਿ ਹੁਣ ਦੁਸ਼ਕਰਮ ਕਰਦਿਆਂ ਕੋਈ ਸੋਚਿਆ ਨਹੀਂ, ਕੋਈ ਸਮਝਿਆ ਨਹੀਂ, ਕੀ ਕਹਿਣਾ ਚਾਹੁੰਦੇ? ਦੇਖੋ, ਇਹ ਤਾਂ ਜਦੋਂ ਆਪਾਂ ਜੰਮੂ ਕਸ਼ਮੀਰ ਦੀ ਗੱਲ ਕਰਦੇ ਹਾਂ, ਉੱਥੇ ਵੀ ਮੰਦਿਰ ਦੇ ਵਿੱਚ ਹੀ ਭਾਜਪਾ ਦੇ ਇੱਕ ਨੇਤਾ ਵੱਲੋਂ ਇੱਕ ਲੜਕੀ ਦਾ ਜਿਹੜਾ ਰੇਪ ਕਰਕੇ ਉਹਨੂੰ ਮਾਰ ਦਿੱਤਾ ਗਿਆ। ਅਤੇ ਇਹ ਮੰਦਰ ਜਿਹੜੇ ਆ, ਤੁਸੀਂ ਬਿਲਕੁਲ ਸਹੀ ਕਿਹਾ ਵੀ ਜਿੰਨੇ ਵੀ ਧਾਰਮਿਕ ਸਥਾਨ ਆ, ਗੁਰਦੁਆਰੇ, ਮਸਜਿਦ, ਚਰਚ ਅਤੇ ਮੰਦਰ, ਇਹ ਲੋਕਾਂ ਦੀ ਆਸਥਾ ਨਾਲ ਜੁੜੇ ਹੋਆ, ਅਤੇ ਉੱਥੇ ਕੋਈ ਵੀ ਬੰਦਾ ਜਿਹੜਾ ਇਹ ਸੋਚ ਕੇ ਜਾਂਦਾ ਬੇਕੌਮ ਹੋ ਕੇ ਕਿ ਮੈਂ ਆਪਣੇ ਗੁਰੂ ਦੇ, ਆਪਣੇ ਰੱਬ ਦੇ ਦਰਸ਼ਨ ਕਰਨ ਜਾ ਰਿਹਾ। ਬਿਲਕੁਲ, ਪਰ ਜਿਹੜੇ ਉੱਥੇ ਜਿਹੜੇ ਪੁਜਾਰੀ ਬੈਠੇ ਨੇ ਉਹ ਰੱਬ ਨਹੀਂ, ਉਹ ਬਘਿਆੜ ਨੇ। ਅਤੇ ਇੱਥੇ ਵੀ ਨਜ਼ਰ ਆਇਆ ਕਿ ਦਿੱਲੀ ਦੇ ਵਿੱਚ ਵੀ ਉਹ ਪੁਜਾਰੀ ਨਹੀਂ ਆ, ਉਹ ਬਘਿਆੜ ਬੈਠਾ ਸੀ ਜਿਹੜਾ ਇਸ ਤਾੜ ਵਿੱਚ ਸੀ ਕਿ ਕਿੱਦਣ ਕਿਸੇ ਗਰੀਬ SC ST OBC ਦੇ ਸਮਾਜ ਦੀ ਲੜਕੀ ਆਵੇ ਤਾਂ ਮੈਂ ਉਹਦੇ ਨਾਲ ਇਹ ਕੰਮ ਕਰਕੇ ਤਾਂ ਉਹਨੂੰ ਮਾਰ ਦੇਵਾਂ। ਸੋ ਇਹਦੀ ਅਸੀਂ ਨਿੰਦਾ ਕਰਦੇ ਹਾਂ ਔਰ ਮੰਗ ਕਰਦੇ ਹਾਂ ਕਿ ਉਸ ਉਹਨਾਂ ਗੁਨਾਹਗਾਰਾਂ ਨੂੰ ਫਾਂਸੀ ਦੀ ਸਜ਼ਾ ਦਿੱਤੀ ਜਾਵੇ। ਦਰਸ਼ਕੋ, ਤੁਸੀਂ ਦੇਖ ਸਕਦੇ ਹੋ ਅੱਜ ਅਸੀਂ ਬਿਲਕੁਲ ਜ਼ਿਲ੍ਹਾ ਹੁਸ਼ਿਆਰਪੁਰ ਦੇ ਬੱਸ ਸਟੈਂਡ ਦੇ ਬਿਲਕੁਲ ਸਾਹਮਣੇ ਡਾਕਟਰ BR ਅੰਬੇਦਕਰ ਚੌਂਕ ਦੇ ਲਾਗੇ ਖੜ੍ਹੇ ਹਾਂ, ਜਿੱਥੇ ਕਿ 9 ਸਾਲਾ ਲੜਕੀ ਦਾ ਜਿਹੜਾ ਰੇਪ ਕੀਤਾ ਗਿਆ ਉਸਦੇ ਸੰਬੰਧ ਵਿੱਚ ਅੱਜ ਜਿਹੜਾ ਕੈਂਡਲ ਮਾਰਚ ਬੇਗਮਪੁਰ ਟਾਈਗਰ ਫੋਰਸ ਵੱਲੋਂ ਕੱਢਿਆ ਗਿਆ।